ਅਸਲਾਮ ਵਾਲੇਕੁਮ ਤਮਾਮ ਦੋਸਤਾਂ ਕੋ ਤੁਹਾਡੇ ਆਪਣੇ ਚੈਨਲ ਯਾਰ ਟਰੈਕਟਰ 'ਤੇ ਵੈਲਕਮ ਆ ਦਿਓ। ਉਮੀਦ ਕਰਦੇ ਹਾਂ ਸਾਰੇ ਸੱਜਣ ਦੋਸਤ ਬਿਰਾ ਬਿਲਕੁਲ ਠੀਕ ਹੋ, ਸੋ ਖੈਰ ਖਰੀਅਤ ਨਾਲ ਹੋ। ਸੋ ਅੱਜ ਆਪਣੇ ਸੱਜਣਾ ਵਾਸਤੇ ਗਿਣ ਕੇ ਆਏ ਹਾਂ ਫੀਐਟ 640 ਮਾਡਲ 1987, ਬਹੁਤ ਸੁਥਰਾ ਸਾਫ ਟਰੈਕਟਰ ਹੈ ਮਾਸ਼ਾਅੱਲਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸੱਜਣਾ ਇੱਕ ਰਿਕੁਐਸਟ ਹੁੰਦੀ ਕਿ ਮਿਹਰਬਾਨੀ ਕੀਤੀ ਕਰੋ, ਚੈਨਲ ਕੋ ਨਵੇਂ ਆਉਣ ਵਾਲੇ ਵੀਵਰ ਜ਼ਰੂਰ ਸਬਸਕ੍ਰਾਈਬ ਕਰੋ। ਸੋ ਅਸੀਂ ਡੇਲੀ ਦੀ ਬੇਸਿਸ 'ਤੇ ਨਵੀਂ ਜਿਹੇ ਵੀਡੀਓ ਅਪਲੋਡ ਕਰਦੇ ਹਾਂ, ਅਤੇ ਵੀਡੀਓ ਕੋ ਲਾਸਟ ਤੱਕ ਨਿੱਠਾ ਕਰੋ, ਅੱਛੇ ਅੱਛੇ ਕਮੈਂਟਸ ਕੀਤੇ ਕਰੋ, ਵੀਡੀਓ ਕੋ ਲਾਈਕ ਕੀਤਾ ਕਰੋ, ਦੋਸਤਾਂ ਨਾਲ ਸ਼ੇਅਰ ਕੀਤਾ ਕਰੋ। ਅਤੇ ਜੀ ਟਰੈਕਟਰ ਹੈ ਫੀਐਟ 640 ਮਾਡਲ 1987, ਸ਼ੋ ਮਡਗਾਰਡ ਵਗੈਰਾ ਜੀ, ਇੱਕ ਮਾਡਲ 2008 ਦੇ ਲੱਗੇ ਖੜੋਤੇ ਨੇ। ਟਾਇਰ ਵਗੈਰਾ ਇਹਦੇ ਮਾਸ਼ਾਅੱਲਾ ਬਹੁਤ ਸੁਥਰੀ ਸਾਫ ਕੰਡੀਸ਼ਨ ਵਿੱਚ ਮੌਜੂਦ ਨੇ, ਅਤੇ ਬੜਾ ਆਲਾ ਕੰਡੀਸ਼ਨ ਦੇ ਟਾਇਰ ਇਹਦੇ। ਪਿਛਲੇ ਟਾਇਰ ਤਕਰੀਬਨ ਇਹਦੇ ਜੀ 13 ਆਨੇ ਮੌਜੂਦ ਨੇ, ਜਰਨਲ 8 ਪਲਾਈ ਦੇ ਟਾਇਰ ਚੜੇ ਹੋਏ ਨੇ, ਅਤੇ ਮਾਸ਼ਾਅੱਲਾ ਬਹੁਤ ਸੁਥਰਾ ਸਾਫ ਟਰੈਕਟਰ ਹੈ। ਇਸ ਸਾਈਡ ਦੇ ਰਿਮ ਮਾਸ਼ਾਅੱਲਾ ਤੁਹਾਡੇ ਸਾਹਮਣੇ ਨੇ, ਕਲਰ ਵਗੈਰਾ ਬਹੁਤ ਪਿਆਰਾ ਹੈ, ਟਰੈਕਟਰ ਦਾ ਬਲੈਕ ਦਾ ਕਲਰ ਚੈੱਕ ਕਰ ਸਕਦੇ, ਬਹੁਤ ਸੁਥਰਾ ਸਾਫ ਟਰੈਕਟਰ ਹੈ। ਅਤੇ ਜੇ ਟੋਟਲ ਜੈਨੁਇਨ ਹੈ, ਰੰਗਾ ਵਗੈਰਾ ਕੋਈ ਖੜੋਤਾ, ਜੋ ਇਹਦਾ ਹਾਂਡਾ ਵਗੈਰਾ ਜੋ ਹੈ ਉਹ ਵੀ ਆਪਣਾ ਜੈਨੁਇਨ ਖੜੋਤਾ, ਟੂਪਾਂ ਵਗੈਰਾ ਜੈਨੁਇਨ ਜੀ ਚੈੱਕ ਕਰ ਸਕਦੇ, ਮਾਡਲ 87 ਹੈ। ਅਤੇ ਜਿਸ ਦੋਸਤ ਸੱਜਣ ਕੋ ਚਾਹੀਦਾ ਹੋਵੇ ਜੀ, ਇਹ ਬੱਖਰ ਦਰਿਆ ਖਾਨ ਇਹ ਟਰੈਕਟਰ ਮੌਜੂਦ ਹੈ, ਅਤੇ ਮਾਲਕ ਦਾ ਨੰਬਰ ਅਸਾਂ ਵੀਡੀਓ ਦੇ ਲਾਸਟ 150 ਸੌ ਉਹਨਾਂ ਨਾਲ ਰਾਬਤਾ ਕਰ ਸਕਦੇ ਨੇ। ਅਤੇ ਬਾਕੀ ਜੀ ਡਿਮਾਂਡ ਹੋਈ ਮਾਲਕ 8 ਲੱਖ ਕਰਨ ਦੇ ਖੜੋਤੇ, ਮਜ਼ੀਦ ਮੌਕੇ 'ਤੇ ਕਮੀ ਪੇਸ਼ੀ ਵੀ ਹੋ ਸਕਦੀ ਹੈ। ਅਤੇ ਜਿਸ ਦੋਸਤ ਵਿਰਾਕ ਕੋ ਸੱਜਣ ਕੋ ਚਾਹੀਦਾ ਹੋਵੇ ਉਹ ਉਹਨਾਂ ਨਾਲ ਰਾਬਤਾ ਕਰ ਸਕਦਾ ਹੈ, ਅਤੇ ਇਨਸ਼ਾਅੱਲਾ ਸਾਡੇ ਨਾਲ ਵੀ ਤਾਮਨ ਕੀਤਾ ਕਰੋ। ਅਸਾਂ ਵੀ ਬਹੁਤ ਅੱਛੀ ਤੋਂ ਅੱਛੀ ਚੀਜ਼ ਆਪਣੇ ਸੱਜਣਾ ਵਾਸਤੇ ਗਿਣ ਕੇ ਆਉਂਦੇ, ਇਹਦੇ ਸੋਹਣੇ ਸੋਹਣੇ ਟਰੈਕਟਰ ਗਿਣ ਕੇ ਆਉਂਦੇ। ਮਿਹਰਬਾਨੀ ਕੀਤੀ ਕਰੋ, ਸਾਨੂੰ ਤਾਮਨ ਕੀਤਾ ਕਰੋ, ਸਾਰੀ ਵੀਡੀਓ 'ਤੇ ਅੱਛੇ ਅੱਛੇ ਕਮੈਂਟਸ ਕੀਤੇ ਕਰੋ, ਸੱਜਣਾ ਨਾਲ ਸ਼ੇਅਰ ਕੀਤਾ ਕਰੋ ਆਪਣਾ ਨਾਲ। ਅਤੇ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਰਹੇ ਨੇ, ਬਹੁਤ ਸੁਥਰਾ ਸਾਫ ਟਰੈਕਟਰ ਹੈ। ਪੀਟੀਓ ਸ਼ਾਫਟ ਓਕੇ ਦੀ ਰਿਪੋਰਟ ਚਾਲੂ ਹੈ, ਬਿਲਕੁਲ ਟੂਪਾਂ ਵਗੈਰਾ ਜੈਨੁਇਨ ਖੜੋਤੀਆਂ। ਟਾਇਰ ਨੂੰ ਤਾਂ ਮਾਸ਼ਾਅੱਲਾ ਇਹਦੇ ਬਹੁਤ ਹੀ ਜ਼ਬਰਦਸਤ ਨੇ, ਸਕੀਮ ਵਾਲੇ ਦੀ ਛੱਤ ਲੱਗੀ ਹੋਈ ਹੈ, ਚੰਗੀ ਸੋਹਣੀ ਛੱਤ ਲੱਗੀ ਹੋਈ ਹੈ, ਇਹ ਦੇਖ ਸਕਦੇ ਵੇ। ਅਤੇ ਬੈਟਰੀ ਵਗੈਰਾ ਵੀ ਨਵੀਂ ਰੱਖੀ ਹੋਈ ਹੈ, ਅਤੇ ਕੋਸ਼ਿਸ਼ ਕੀਤੀ ਕਰਦੇ ਹਾਂ ਅਸਾਂ ਆਪਣੇ ਸੱਜਣਾ ਕੋ ਰਾਜ਼ੀ ਕਰਨ ਦੀ। ਅਤੇ ਜੋ ਡਿਮਾਂਡ ਵਗੈਰਾ ਹੁੰਦੀ ਉਹ ਮਾਲਕ ਖੁਦ ਕਰਦੇ ਹੁੰਦੇ, ਸਾਰਾ ਕੋਈ ਤਾਲੁਕ ਨਹੀਂ ਹੁੰਦਾ, ਜੋ ਡਿਮਾਂਡ ਮਾਲਕ ਕਰਦੇ ਨੇ ਅਸਾਂ ਤੁਹਾਡੇ ਸਾਰੇ ਨੇ। ਇਨਸ਼ਾਅੱਲਾ ਆਪਣੇ ਸੱਜਣਾ ਵਾਸਤੇ ਇਹੋ ਜਿਹੀਆਂ ਸੋਹਣੀਆਂ ਚੀਜ਼ਾਂ ਅਤੇ ਸੋਹਣੇ ਨਾਯਾਬ ਤੋਹਫੇ ਗਿਣ ਕੇ ਆਸੂ। ਅਤੇ ਇਨਸ਼ਾਅੱਲਾ ਜਲਦੀ ਆਪਣੇ ਸੱਜਣਾ ਨਾਲ ਨਵੀਂ ਵੀਡੀਓ 'ਚ ਮੁਲਾਕਾਤ ਹੋ ਸੀ, ਉਸ ਟਾਈਮ ਤੱਕ ਆਪਣੇ ਸੱਜਣਾ ਕੋਲ ਇਜਾਜ਼ਤ ਗਿਣਸੂ। ਅੱਲਾ ਹਾਫਿਜ਼।